Assalamu alaikum ji, main thoda apna host Baba ji, Save Historical Places of Pakistan, Save Gurdwaras and Temples of Pakistan. Khalsa Raj Footsteps in Pakistan and Khore Sach Santali De. Khalsa Raj Footsteps nu leke aaj main bahut hi different jagah de utte pahunchya hu. Close Lebanon waste te waise te Khalsa Raj Footsteps agar dekho to tusi pure Punjab de vich phaile pe ne. Jis jagah nu hi tusi follow, jis jagah nu hi dekho ਜਾਣ ਵਾਲਿਆਂ ਦੀਆਂ ਕਹਾਣੀਆਂ ਆਪਣੀਆਂ ਨੇ ਔਰ ਉਧਰੋਂ ਆਉਣ ਵਾਲਿਆਂ ਦੀਆਂ ਕਹਾਣੀਆਂ ਆਪਣੀਆਂ ਨੇ ਔਰ ਵਜੀ ਜਿਹੜੀ ਲੀਕ ਹੈ ਸਿਰਫ ਉਹ ਪੰਜਾਬੀਆਂ ਦੇ ਸੀਨੇ ਵਿੱਚ ਵਜੀ ਹੈ ਅਗਰ ਤਕਲੀਫ ਹੋਈ ਹੈ ਤਾਂ ਪੰਜਾਬੀਆਂ ਨੂੰ ਹੋਈ ਹੈ ਚਾਹੇ ਉਹ ਈਸਟ ਦੇ ਸਨ ਚਾਹੇ ਉਹ ਵੈਸਟ ਦੇ ਸਨ ਜੋ ਮਾਈਗ੍ਰੇਟ ਕਰਕੇ ਗਏ ਜਾਂ ਮਾਈਗ੍ਰੇਟ ਕਰਕੇ ਆਏ ਦੋਵਾਂ ਕੋਲ ਬਹੁਤ ਪੇਨਫੁਲ ਸਟੋਰੀਜ਼ ਨੇ ਔਰ ਆਪਣੇ ਬਚਪਨ ਦੀਆਂ ਜੁੜੀਆਂ ਹੋਈਆਂ ਯਾਦਾਂ ਦੇ ਨਾਲ ਬਹੁਤ ਜ਼ਿਆਦਾ ਸਾਰੇ ਲੋਕ ਐਸੇ ਨੇ ਜਿਨ੍ਹਾਂ ਦੀ ਉਮਰ ਸਿਰਫ ਉਸ ਵੇਲੇ ਪਾਰਟੀਸ਼ਨ ਵੇਲੇ 4 year old ਸੀ 4 years ਦੇ ਸਨ ਲੇਕਿਨ ਉਹਨਾਂ ਦੇ ਸੀਨੇ ਦੇ ਵਿੱਚ ਅੱਜ ਵੀ ਆਪਣੇ ਆਪਣੇ ਪਿੰਡਾਂ ਦੀਆਂ ਯਾਦਾਂ ਜਿਹੜੀਆਂ ਨੇ ਇਸ ਤਰ੍ਹਾਂ ਲਿਖੀਆਂ ਹੋਈਆਂ ਨੇ ਜਿਵੇਂ ਕਿ ਇੱਕ 40 years ਦਾ ਬਾਬਾ ਜਿਹੜਾ ਜਾਂ ਬੰਦਾ ਜਿਹੜਾ 40 years ਦਾ ਉਹ ਆਪਣੇ ਅੰਦਰ ਯਾਦਾਂ ਲੈ ਕੇ ਜਾਂਦਾ ਬਰਕੈਫ ਇੱਕ ਮਿੱਟੀ ਦਾ ਜਿਹੜਾ ਪਿਆਰ ਹੈ ਉਹ ਅਨਮੁੱਲਾ ਹੁੰਦਾ ਚਾਹੇ ਇਨਸਾਨ ਜਿੱਥੇ ਵੀ ਪੈਦਾ ਹੋਇਆ ਹੋਏ ਚਾਹੇ ਉਹ ਕੋਈ ਪਿੰਡ ਹੈ ਸ਼ਹਿਰ ਹੈ ਕੋਈ ਚੀਜ਼ ਵੀ ਹੈ ਉਸ ਦੀਆਂ ਯਾਦਾਂ ਜਿਹੜੀਆਂ ਨੇ ਇਨਸਾਨ ਦੇ ਨਾਲ ਹਮੇਸ਼ਾ ਜੁੜੀਆਂ ਰਹਿੰਦੀਆਂ ਨੇ ਔਰ ਉਹ ਯਾਦਾਂ ਹਮੇਸ਼ਾ ਪਿੱਛਾ ਕਰਦੀਆਂ ਨੇ ਇਸੇ ਤਰ੍ਹਾਂ ਦੀਆਂ ਯਾਦਾਂ ਦੀ ਇੱਕ ਸਟੋਰੀ ਲੈ ਕੇ ਮੈਂ ਸਰਦਾਰ ਨਵਦੀਪ ਸਿੰਘ ਗਿੱਲ ਜਿਹੜੇ ਕਿ ਹਾਲ ਮੁਕਾਮ ਆਸਟ੍ਰੇਲੀਆ ਦੇ ਵਿੱਚ ਹੁੰਦੇ ਨੇ ਮੇਰੇ ਦੋਸਤ ਔਰ ਉਹਨਾਂ ਦੇ ਫਾਦਰ ਜਿਹੜੇ ਨੇ ਉਹਨਾਂ ਦੇ ਫਾਦਰ ਸਰਦਾਰ ਜਸਵੰਤ ਸਿੰਘ ਜੀ ਔਰ ਇਹਨਾਂ ਦੇ ਫਾਦਰ ਜਿਹੜੇ ਜਸਵੰਤ ਸਿੰਘ ਔਰ ਇਹ ਖੁਦ ਨਵਦੀਪ ਸਿੰਘ ਦੋਨੋਂ ਮੇਰੇ ਫਰੈਂਡ ਸਰਕਲ ਦੇ ਵਿੱਚ ਵੀ ਨੇ ਔਰ ਗਰੁੱਪ ਮੈਂਬਰਸ ਵੀ ਨੇ ਪਿਆਰਾ ਨਨਕਾਣਾ ਦੇ ਅੰਦਰ ਵੀ ਪੰਜਾਬੀ ਫੋਟੋਗ੍ਰਾਫਰਸ ਦੇ ਅੰਦਰ ਵੀ ਔਰ ਫੋਲੋ ਕਰ ਰਹੇ ਨੇ ਸੇਵ ਹਿਸਟੋਰੀਕਲ ਪਲੇਸਿਸ ਔਫ ਪਾਕਿਸਤਾਨ ਔਰ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਨੂੰ ਇਸ ਬਾਰੋਂ ਫਸਟ ਟਾਈਮ ਐਸਾ ਚਾਂਸ ਹੈ ਕਿ ਦੋ ਬਾਪ ਬੇਟਾ ਜਿਹੜੇ ਨੇ ਮੇਰੇ ਨਾਲ ਕੰਸਰਨਿੰਗ ਨੇ ਸਰਦਾਰ ਜਸਵੰਤ ਸਿੰਘ ਜੀ ਜਿਹੜੇ ਨੇ ਇਹਨਾਂ ਦੇ ਜਿਹੜੇ ਫਾਦਰ ਸਨ ਔਰ ਨਵਦੀਪ ਸਿੰਘ ਜੀ ਦੇ ਜਿਹੜੇ ਦਾਦਾ ਜੀ ਸਨ ਗ੍ਰੈਂਡ ਫਾਦਰ ਸਨ ਉਹਨਾਂ ਦਾ ਨਾਮ ਸੀ ਸਰਦਾਰ ਬੇਲਾ ਸਿੰਘ ਸਰਦਾਰ ਬੇਲਾ ਸਿੰਘ ਜਿਹੜੇ ਸਨ ਉਹ ਇਸ ਪਿੰਡ ਦੇ ਜਿਸ ਜਗ੍ਹਾ ਦੇ ਉੱਤੇ ਮੈਂ ਖਲੋਤਾ ਹਾਂ ਪਿੰਡ ਨਿਦੋਕੇ ਅਗਰ ਲਾਹੌਰ ਤੋਂ ਤੁਸੀਂ ਨਿਕਲਦੇ ਹੋ ਨਾਰੰਗ ਮੰਡੀ ਆਉਂਦੇ ਹੋ ਨਾਰੰਗ ਮੰਡੀ ਤੋਂ ਨਾਰੋਵਾਲ ਰੋਡ ਦੇ ਉੱਤੇ ਜਦੋਂ ਤੁਸੀਂ ਜਾਂਦੇ ਹੋ ਨਜ਼ਦੀਕ ਪਹੁੰਚਦੇ ਹੋ ਬੁੱਢਾ ਢੋਲਾ ਦੇ ਕਰੀਬ ਬੁੱਢਾ ਢੋਲਾ ਤੋਂ ਤਕਰੀਬਨ ਕੋਈ 2.5 to 3 kilometers ਅਗਰ ਤੁਸੀਂ ਅੰਦਰ ਆਵੋ ਤਾਂ ਪਿੰਡ ਆਉਂਦਾ ਨਿਦੋਕੇ ਪਿੰਡ ਨਿਦੋਕੇ ਦੇ ਅੰਦਰ ਜ਼ਿਆਦਾ ਅਕਸਰੀਅਤ ਤਾਂ ਵੈਸੇ ਤਾਂ ਮੁਸਲਿਮਸ ਘਰਾਣਿਆਂ ਦੀ ਸੀ ਲੇਕਿਨ ਇੱਥੇ ਟਾਵੇਂ ਘਰ ਜਿਹੜੇ ਸਨ ਉਹ ਸਿੱਖਾਂ ਔਰ ਹਿੰਦੂਆਂ ਦੇ ਸਨ ਜ਼ਿਆਦਾਤਰ ਜਿਹੜੀ ਕਮਿਊਨਿਟੀ ਸੀ ਉਹ ਸਿੱਖ ਸੀ ਔਰ ਅੱਛੀ ਰੱਖ ਰਖਾਓ ਔਰ ਉਹਨਾਂ ਦੀ ਲੈਂਡ ਵਗੈਰਾ ਵੀ ਇੱਥੇ ਮੌਜੂਦ ਸੀ ਸਰਦਾਰ ਬੇਲਾ ਸਿੰਘ ਜੀ ਜਿਹੜੇ ਨੇ ਇਹਨਾਂ ਦੇ ਅੱਗੋਂ ਦੋ ਭਾਈ ਸਨ ਜਸਵੰਤ ਸਿੰਘ ਸਰਦਾਰ ਹਰਮਾਨ ਸਿੰਘ ਜੀ ਔਰ ਸਰਦਾਰ ਧਿਆਨ ਸਿੰਘ ਜੀ ਔਰ ਅੱਗੋਂ ਇਹਨਾਂ ਦੀਆਂ 3 sisters ਸਨ ਔਰ ਕੈਸੀ ਮਜ਼ੇਦਾਰੀ ਵਾਲੀ ਗੱਲ ਹੈ ਕਿ ਇਹਨਾਂ ਨੂੰ ਅੱਜ ਤੱਕ ਉਹ ਪਿੰਡ ਵੀ ਯਾਦ ਨੇ ਜਿੱਥੋਂ ਨਿਦੋਕੇ ਤੋਂ ਉਹਨਾਂ ਦੀਆਂ ਭੈਣਾਂ ਦੀ ਸ਼ਾਦੀ ਹੋ ਕੇ ਯਾਨੀ ਕਿ ਉਹਨਾਂ ਦੀ ਦਾਦੀ ਯਾਨੀ ਕਿ ਵਾਲਦ ਦੀ ਜਿਹੜੀ ਅੱਗੋਂ ਭੈਣ ਸੀ ਇਸ ਤਰ੍ਹਾਂ ਸਰਦਾਰ ਜਸਵੰਤ ਸਿੰਘ ਜਿਹੜੇ ਨੇ ਉਹਨਾਂ ਦੀ ਜਿਹੜੀਆਂ ਵਾਲਦ ਦੀਆਂ ਭੈਣਾਂ ਸਨ ਜਿਹੜੀਆਂ ਉਹ ਉਹਨਾਂ ਨੂੰ ਭੂਆ ਦਾ ਵੀ ਪਿੰਡ ਜਿਹੜਾ ਕਿ ਉਹ ਕਿੱਥੇ ਕਿੱਥੇ ਵਿਆਹ ਕੇ ਗਈਆਂ ਕੈਸੀਆਂ ਇੱਕ 4 years ਦੇ ਬੱਚੇ ਨੂੰ ਕਿੰਨਾ ਕੁਛ ਯਾਦ ਹੋਏਗਾ ਉਸ ਵੇਲੇ ਬਰਕੈਫ ਇੱਕ ਉਹਨਾਂ ਦੀ ਭੂਆ ਜਿਹੜੀ ਸੀ ਉਹ ਲੱਦੇ ਵਾਲਾ ਵੜਾਏ 'ਚ ਗੁਜਰਾਂ ਵਾਲਾ ਔਰ ਦੂਸਰੀ ਜਿਹੜੀ ਇਹਨਾਂ ਦੀ ਭੂਆ ਸੀ ਉਹ ਵਿਲੇਜ ਗੁਨਾ ਇੱਥੋਂ ਤਕਰੀਬਨ ਕੋਈ 4 to 6 kilometers ਦੇ ਫਾਸਲੇ ਦੇ ਉੱਤੇ ਪੈਂਦਾ ਵੈਸਟ ਵਾਲੀ ਸਾਈਡ ਦੇ ਉੱਤੇ ਅਤੇ ਸਰਦਾਰ ਬੇਲਾ ਸਿੰਘ ਜਿਹੜੇ ਨੇ ਇਹਨਾਂ ਕੋਲ ਤਕਰੀਬਨ 40 acres ਲੈਂਡ ਜਿਹੜੀ ਇਹਨਾਂ ਦੇ ਨਾਮ ਦੇ ਉੱਤੇ ਬੋਲਦੀ ਸੀ ਮੈਂ ਕੁਛ ਦੇਰ ਬਾਅਦ ਤੁਹਾਨੂੰ ਮੈਂ ਉਸ ਲੈਂਡ 'ਤੇ ਵੀ ਲੈ ਕੇ ਜਾਵਾਂਗਾ ਕਿ ਜਿਹੜੀ ਸਰਦਾਰਾਂ ਦੀ ਜ਼ਮੀਨ ਸੀ ਅੱਜ ਕੱਲ੍ਹ ਏ ਕਲਾਸ ਦੀ ਵੈਲ ਐਗਰੀਕਲਚਰ ਲੈਂਡ ਜਿਹੜੀ ਹੈ ਉਹ ਨਿਦੋਕੇ ਦੇ ਵਿੱਚ ਮੌਜੂਦ ਹੈ ਇੱਕ ਦਰਬਾਰ ਹੈ ਜਿਹਨੂੰ 5 peers ਸਰਕਾਰ ਕਿਹਾ ਜਾਂਦਾ ਔਰ ਇਹਦਾ ਜ਼ਿਕਰ ਮੇਰੇ ਨਾਲ ਜਸਵੰਤ ਸਿੰਘ ਜੀ ਨੇ ਵੀ ਕੀਤਾ ਸੀ ਕਿ ਇੱਕ ਢੇਰੀ ਜਿਹੜੀ ਸੀ ਇੱਥੇ ਬਜ਼ੁਰਗਾਂ ਦੀ ਮੌਜੂਦ ਸੀ ਉਹਦੇ ਲਾਗੇ ਬੋਰ ਦੇ ਦਰਖਤ ਹੁੰਦੇ ਸੀ ਔਰ ਅਸੀਂ ਬਚਪਨ ਦੇ ਵਿੱਚ ਦੁਪਹਿਰ ਨੂੰ ਜਾ ਕੇ ਉੱਥੇ ਬੈਠਦੇ ਸੀ ਪ੍ਰਾਇਮਰੀ ਸਕੂਲ ਵੀ ਦੇਖੇ ਆਏ ਪ੍ਰਾਇਮਰੀ ਸਕੂਲ ਜਿਹੜਾ ਉਸ ਦੌਰ ਦਾ ਸੀ ਖਾਲਸਾ ਰਾਜ ਦਾ ਜਿਹੜਾ ਸਕੂਲ ਬਣਿਆ ਹੋਇਆ ਸੀ ਜਾਂ ਪੁਰਾਣਾ ਸਕੂਲ ਸੀ ਜਿਹੜਾ ਉਹ ਕਨਵਰਟ ਹੋ ਚੁੱਕਿਆ ਇਸ ਵੇਲੇ ਪੁਲਿਸ ਚੌਕੀ ਦੇ ਬਿਲਕੁਲ ਨਜ਼ਦੀਕ ਆ ਉਹ ਵੀ ਮੈਂ ਯਾਦਾਂ ਤਾਜ਼ੀਆਂ ਕਰਵਾਵਾਂਗਾ ਤੁਹਾਡੀਆਂ
ਓਲਡ ਬੈਨੀਅਨ ਟ੍ਰੀ ਓਲਡ ਬੈਨੀਅਨ ਟ੍ਰੀਸ ਜਿਹੜੇ ਨੇ ਜਦੋਂ ਵੀ ਬਾਬਾ ਬੋਰਡ ਦੀ ਗੱਲ ਆਉਂਦੀ ਹੈ ਅਤੇ ਮੈਂ ਜਿਸ ਪਿੰਡ 'ਚ ਵੀ ਜਾਂਦਾ ਹਾਂ ਤਾਂ ਮੈਨੂੰ ਉੱਥੋਂ ਕੋਈ ਨਾ ਕੋਈ ਬਾਬਾ ਬੋਰਡ ਜਿਹੜਾ ਉਹ ਮਿਲ ਜਾਂਦੇ ਨੇ। 1947 ਜਦੋਂ 1947 ਦੇ ਵਿੱਚ ਪੰਜਾਬ ਦੀ ਜਦੋਂ ਵੰਡ ਹੁੰਦੀ ਹੈ ਅਨਐਕਸਪੈਕਟਿਡਲੀ ਤਿੰਨ ਦਿਨਾਂ ਦੇ ਅੰਦਰ ਅੰਦਰ ਸਿਰਫ ਫੈਸਲਾ ਕੀਤਾ ਜਾਂਦਾ ਕਿ ਪੰਜਾਬ ਜਿਹੜਾ ਵੰਡਿਆ ਜਾ ਰਿਹਾ, ਜਦਕਿ ਪੰਜਾਬ ਦੀ ਵੰਡ 1947 ਦੇ ਫਾਰਮੂਲੇ ਦੇ ਵਿੱਚ ਮੌਜੂਦ ਹੀ ਨਹੀਂ ਸੀ ਅਤੇ ਇਸ ਕਰਕੇ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਤਕਲੀਫ ਇਸ ਚੀਜ਼ ਦੀ, ਅਚਾਨਕ ਤੋਂ ਆਪਣੇ ਘਰ ਛੱਡ ਕੇ ਜਾਣ ਦੀ, ਆਪਣੀ ਮਿੱਟੀ ਨੂੰ ਛੱਡ ਕੇ ਜਾਣ ਦੀ, ਦਰਵਾਜ਼ੇ ਕੁੰਜੀਆਂ ਤੱਕ ਲੋਕਾਂ ਦੂਸਰੇ ਦੋਸਤਾਂ ਨੂੰ ਪਕੜਾ ਕੇ ਗਏ ਕਿ ਅਸੀਂ ਜਦੋਂ ਵਾਪਸ ਆਵਾਂਗੇ ਤਾਂ ਤੁਹਾਡੇ ਕੋਲੋਂ ਲੈ ਲਵਾਂਗੇ। ਲੇਕਿਨ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਜਾਣ ਵਾਲੇ ਇੱਕ ਵਾਰੀ ਚਲੇ ਗਏ ਅਤੇ ਕਦੀ ਦੁਬਾਰਾ ਵਾਪਸ ਨਹੀਂ ਆਉਣਗੇ। ਹਾਂ, ਇੱਕ ਵਾਰੀ ਇਸ ਤਰ੍ਹਾਂ ਹੋਇਆ ਕਿ ਸਰਦਾਰ ਜਸਵੰਤ ਸਿੰਘ ਜੀ ਜਿਹੜੇ ਨੇ ਉਹਨਾਂ ਦੀ ਇੱਕ ਸਿਸਟਰ ਜਿਹੜੀ ਹੈ ਉਹ ਇਸ ਪਿੰਡ ਦੇ ਵਿੱਚ 1970 ਦੀ ਦਹਾਈ ਦੇ ਵਿੱਚ ਆਈ ਔਰ ਉਹਨੇ ਆਪਣੇ ਹਾਣ ਦੀਆਂ ਜਿਹੜੀਆਂ ਕੁੜੀਆਂ ਸਨ ਉਹਨਾਂ ਨੂੰ ਇੱਥੇ ਆ ਕੇ ਮਿਲੀ ਸੀ ਔਰ ਉਹਨਾਂ ਨੂੰ ਉਹ ਮਿਲ ਕੇ ਇੱਥੋਂ ਗਈ ਸੀ 1970 ਦੀ ਦਹਾਈ ਦੇ ਵਿੱਚ। ਦੇਖੋ ਕਿੰਨਾ ਪਿਆਰ ਹੋਏਗਾ ਔਰ ਕਿੰਨਾ ਆਪਣੀ ਮਿੱਟੀ ਦੇ ਨਾਲ ਲਗਾਓ ਹੈ। ਇਹ ਮਿੱਟੀ ਜਿਹੜੀ ਹੈ ਇਹਨੂੰ ਅਗਰ ਬੰਦਾ ਦੇਖੇ ਤਾਂ ਵੈਸੇ ਤਾਂ ਕੁਛ ਵੀ ਨਹੀਂ ਨਜ਼ਰ ਆਉਂਦਾ ਇਨਸਾਨ ਨੂੰ, ਲੇਕਿਨ ਜਦੋਂ ਮਿੱਟੀ ਦਾ ਪਿਆਰ ਦੇਖਿਆ ਜਾਂਦਾ ਤਾਂ ਉਹ ਇਨਸਾਨ ਦੇ ਅੰਦਰ ਬੰਦਾ ਛਾਤੀ ਮਾਰ ਕੇ ਦੇਖੇ ਤਾਂ ਫਿਰ ਹੀ ਉਹਨੂੰ ਪਤਾ ਲੱਗਦਾ ਕਿ ਮਿੱਟੀ ਦਾ ਪਿਆਰ ਕੀ ਹੈ। ਬਰਕੈਫ ਵੰਡ ਹੋਈ, ਲੋਕ ਚਲੇ ਗਏ, ਲੋਕ ਆ ਕੇ ਆਬਾਦ ਹੋਏ, ਇਹ ਤਮਾਮ ਦੀ ਤਮਾਮ ਗਿੱਲ ਫੈਮਿਲੀ ਜਿਹੜੀ ਹੈ ਇਹਨਾਂ ਨੂੰ ਪ੍ਰੀ ਪਾਰਟੀਸ਼ਨ ਜਿਹੜਾ ਸੀ ਭੂਰੇ ਵਾਲਾ ਕਿਹਾ ਜਾਂਦਾ ਸੀ, ਭੂਰੇ ਵਾਲਿਆਂ ਦੇ ਨਾਮ ਤੋਂ ਇੱਥੇ ਮਸ਼ਹੂਰੀ ਜਾਣੀ ਜਾਂਦੀ ਸੀ। ਬਰਕੈਫ ਤੋਂ ਇੱਕ ਅਗਰ ਤੁਸੀਂ ਥੋੜ੍ਹਾ ਸੰਕਤਰੇ ਦੇ ਕਰੀਬ ਜਾਂਦੇ ਹੋ ਤਾਂ ਇੱਕ ਬਜ਼ੁਰਗ ਨੇ ਬਾਬਾ ਭੂਰੇ ਵਾਲਾ, ਉਹਨਾਂ ਦਾ ਬਕਾਇਦਾ ਸੈਲਾਨਾ ਉਰਸ ਵੀ ਹੁੰਦਾ ਔਰ 7 ਦਿਨ ਦੀ ਪੜੇਵੀ ਜੁੜਦੀ ਹੈ। ਪੰਜਾਬੀ ਜਿਹੜੇ ਲੋਕ ਜਾਂਦੇ ਨੇ ਉਹਨਾਂ ਨੂੰ ਮੇਲਾ ਪੜੇਵੀ ਦਾ ਫਰਕ ਵੀ ਪਤਾ ਹੋਵੇਗਾ। ਅਤੇ ਉਸੇ ਅਲ ਦੇ ਨਾਲ ਇਹਨਾਂ ਦੀ ਅਲ ਜਿਹੜੀ ਹੈ ਭੂਰੇ ਵਾਲਾ ਜਿਹੜਾ ਭੂਰੇ ਵਾਲਾ ਇਹਨਾਂ ਦੀ ਜਿਹੜੀ ਸੀ ਅਲ ਸੀ, ਵੈਸੇ ਤਾਂ ਇਹਨਾਂ ਦੀ ਫੈਮਿਲੀ ਗੋਤ ਜਿਹੜੀ ਹੈ ਉਹ ਗਿੱਲ ਹੈ। ਹੁਣ ਗਿੱਲ ਫੈਮਿਲੀ ਜਿਹੜੀ ਹੈ ਔਰ ਸਰਦਾਰ ਨਵਦੀਪ ਸਿੰਘ ਜੀ ਔਰ ਜਸਵੰਤ ਸਿੰਘ ਜੀ ਜਿਹੜੇ ਨੇ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਮੌਜੂਦ ਨੇ ਔਰ ਉਹਨਾਂ ਦੀ ਫੈਮਿਲੀ ਜਿਹੜੀ ਇੱਥੋਂ ਨਿਦੋਕੇ ਤੋਂ ਜੋ ਮਾਈਗ੍ਰੇਟ ਕਰਕੇ ਗਏ, ਪਹਿਲੇ ਤਾਂ ਗੁਰਦਾਸਪੁਰ ਗਏ ਨੇ, ਗੁਰਦਾਸਪੁਰ ਤੋਂ ਫਿਰ ਉਹ ਹਰਿਆਣਾ ਗਏ, ਤਾਂ ਫਿਰ ਗੱਲ ਉਹੀ ਆ ਜਾਂਦੀ ਹੈ ਬਾਰ ਬਾਰ ਹਰ ਮੇਰੀ ਵੀਡੀਓ ਦੇ ਵਿੱਚ ਕਿ ਜਦੋਂ ਇੱਕ ਵਾਰੀ ਆਪਣੀ ਮਿੱਟੀ ਨੂੰ ਛੱਡ ਦਿੱਤਾ ਅਤੇ ਫਿਰ ਛੱਡ ਦਿੱਤਾ, ਫਿਰ ਉਹਦੇ ਵਾਸਤੇ ਹਰ ਜਗ੍ਹਾ ਹੀ ਜਿਹੜੀ ਉਹ ਪ੍ਰਦੇਸ਼ ਹੈ, ਲਿਹਾਜ਼ਾ ਉਹਨਾਂ ਦਾ ਦਿਲ ਉੱਥੇ ਵੀ ਨਾ ਲੱਗਿਆ ਔਰ ਉੱਥੋਂ ਉੱਠ ਕੇ ਅਤੇ ਉਹ ਆਸਟ੍ਰੇਲੀਆ ਪੂਰੀ ਫੈਮਿਲੀ ਚਲੀ ਗਈ। ਅੱਜ ਤਮਾਮ ਫੈਮਿਲੀ ਵੈਲ ਐਜੂਕੇਟਿਡ ਨਿਦੋਕੇ ਦੇ ਲੋਕਾਂ ਵਾਸਤੇ ਬਾਇਸੇ ਫਖਰ ਹੋਏਗਾ ਕਿ ਉਹ ਸਾਰੇ ਭੈਣ ਭਾਈ ਇਸ ਵੇਲੇ ਰਿਟਾਇਰਡ ਪ੍ਰਿੰਸੀਪਲਸ ਨੇ। ਕੋਈ ਯੂਨੀਵਰਸਿਟੀ ਦਾ ਪ੍ਰਿੰਸੀਪਲ ਰਿਟਾਇਰਡ ਹੈ, ਕੋਈ ਕਾਲਜ ਦਾ ਪ੍ਰਿੰਸੀਪਲ ਰਿਟਾਇਰਡ ਹੈ ਔਰ ਕੋਈ ਗਰਲਸ ਕਾਲਜ ਦੀ ਉਹਨਾਂ ਦੀ ਸਿਸਟਰ ਜਿਹੜੀ ਹੈ ਉਹ ਰਿਟਾਇਰਡ ਹੈ। ਇਸ ਵਕਤ ਸਰਦਾਰ ਜਸਵੰਤ ਸਿੰਘ ਜੀ ਵੀ ਜਿਹੜੇ ਨੇ ਉਹ ਹਰਿਆਣਾ ਤੋਂ ਕਾਲਜ ਤੋਂ ਜਿਹੜੇ ਨੇ ਉਹ ਰਿਟਾਇਰਡ ਪ੍ਰਿੰਸੀਪਲ ਨੇ। ਉਹਨਾਂ ਦੇ ਵੱਡੇ ਭਾਈ ਜਿਹੜੇ ਨੇ ਉਹ ਵੀ ਯੂਨੀਵਰਸਿਟੀ ਦੇ ਪ੍ਰਿੰਸੀਪਲ ਰਿਟਾਇਰਡ ਨੇ ਔਰ ਉਹਨਾਂ ਦੀ ਸਿਸਟਰ ਜਿਹੜੀ ਹੈ ਉਹ ਵੀ ਇੱਕ ਜੋ ਗਰਲਸ ਕਾਲਜ ਹੈ ਉਹਨਾਂ ਦੀ ਰਿਟਾਇਰਡ ਨੇ ਉੱਥੋਂ। ਦੇਖੋ ਇਹ ਜਿਹੜੇ ਰੁੱਖ ਨੇ ਜਿਨ੍ਹਾਂ ਦੇ ਮੁਤਲਕ ਮੈਂ ਅਕਸਰ ਜ਼ਿਕਰ ਕਰਨਾ ਵਾਂ, ਬਾਬਾ ਬੋਰਡ, ਅਗਰ ਤੁਸੀਂ ਇਹਨਾਂ ਨੂੰ ਦੇਖੋ ਤਾਂ ਇਹ ਬਹੁਤ ਜ਼ਿਆਦਾ ਸਾਰੀਆਂ ਸਟੋਰੀਜ਼ ਜਿਹੜੀਆਂ ਨੇ ਆਪਣੇ ਅੰਦਰ ਸਮਾਏ ਬੈਠੇ ਨੇ ਔਰ ਅੱਜ ਵੀ ਤੁਸੀਂ ਦੇਖੋ ਪਿੰਡ ਦੀ ਰਹਿਤ ਬਹਿਤ ਸਾਈਟ ਐਂਡ ਸਾਊਂਡਸ ਬਿਲਕੁਲ ਉਸੇ ਤਰ੍ਹਾਂ ਹੀ ਨੇ ਜਿਸ ਤਰ੍ਹਾਂ ਕਿ ਪ੍ਰੀ ਪਾਰਟੀਸ਼ਨ ਨੇ। ਬਹੁਤ ਜ਼ਿਆਦਾ ਚੇਂਜਿੰਗ ਨਹੀਂ ਆਈ, ਕੁਛ ਘਰ ਪੱਕੇ ਹੋ ਗਏ ਨੇ, ਲੇਕਿਨ ਪਿਆਰ ਮੁਹੱਬਤ ਔਰ ਸਾਂਝ ਜਿਹੜੀ ਹੈ ਉਹਦੀ ਖੁਸ਼ਬੂ ਅੱਜ ਵੀ ਮੈਨੂੰ ਨਿਦੋਕੇ ਦੇ ਵਿੱਚੋਂ ਆਉਂਦੀ ਪਈ ਹੈ। ਫਾਈਕਸ ਰੈਲੇਜੂਸਾ ਪੀਪਲ, ਫਾਈਕਸ ਬੈਨਾਲੈਂਸਿਸ, ਬਨੀਅਨ ਟ੍ਰੀ, ਬਾਬਾ ਬੋਰਡ, ਇਸੇ ਤਰ੍ਹਾਂ ਦੇਖੋ ਤੁਸੀਂ ਸੌਣ ਦੀ ਪਹਿਲੀ ਝੜੀ ਲੱਗ ਕੇ ਅੱਜ 3 ਵਾਰ ਬਾਰਿਸ਼ ਹੋਈ ਹੈ ਕੱਲ੍ਹ ਤੋਂ ਲੈ ਕੇ ਔਰ ਮੌਸਮ ਬਹੁਤ ਸੁਹਾਣਾ ਹੈ, ਚਰਿੰਦ ਪ੍ਰਿੰਦ ਹਰ ਚੀਜ਼ ਨਿਖਰੀ ਪਈ ਹੈ, ਬੱਚੇ ਖਿਲਖਿਲਾਏ ਹੋਏ ਨੇ, ਵਰਨਾ ਥੋੜ੍ਹੇ ਦਿਨ ਹੀ ਪਹਿਲੇ ਇੱਥੇ ਇੰਨੀ ਜ਼ਿਆਦਾ ਗਰਮੀ ਸੀ ਕਿ ਸਾਹ ਲੈਣਾ ਜਿਹੜਾ ਸੀ ਉਹ ਮੁਸ਼ਕਿਲ ਹੋਇਆ ਹੋਇਆ ਸੀ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ। ਸ਼ਾਇਦ ਸਰਦਾਰ ਜਸਵੰਤ ਸਿੰਘ ਜੀ ਤੁਸੀਂ ਇੰਨੀ ਕੀ ਹੀ ਉਮਰ ਦੇ ਹੋਵੋਗੇ ਜਦੋਂ 47 ਹੋ ਗਿਆ ਔਰ ਤੁਹਾਨੂੰ ਆਪਣਾ ਇਹ ਪਿੰਡ ਛੱਡ ਕੇ ਜਾਣਾ ਪਿਆ।
ਤੁਹਾਨੂੰ ਸ਼ਾਇਦ ਇਹ ਗਲੀਆਂ ਇਹ ਮੁਹੱਲੇ ਜਿਹੜੀਆਂ ਨੇ ਸ਼ਾਇਦ ਉਹ ਤੁਹਾਨੂੰ ਯਾਦ ਹੋਣਗੀਆਂ। ਔਰ ਅੱਜ ਦੇ ਸਫ਼ਰ 'ਚ ਮੇਰੇ ਨਾਲ ਮਿਰਜ਼ਾ ਬੇਗ ਸਾਹਿਬ। ਤਮਾਮ ਬੱਚੇ ਪਿੰਡ ਦੇ ਮੇਰੇ ਗਿਰਦ ਜਮ੍ਹਾਂ ਨੇ। ਬਹੁਤ ਪੀਸਫੁਲ ਮਾਹੌਲ ਹੈ, ਬੜਾ ਪਿਆਰਾ। ਲੋਕਾਂ ਦੀ ਸਾਂਝ ਜਿਹੜੀ ਹੈ ਉਹ ਅੱਜ ਵੀ ਇੱਥੇ। ਚਲੋ ਜੀ ਆਪਣੇ ਬਾਈ ਨੂੰ ਉਹ ਤੁਹਾਨੂੰ ਦੱਸ ਦਿੰਦੇ ਨੇ ਕਿ ਇੱਕ ਨੂੰ ਕਿਹੜਾ ਟੇਬਲ ਤੇ ਜਿਹੜਾ ਵੀ ਦੱਸਦੇ ਹੋ ਨਾ ਜਿਹੜਾ ਉੱਤਰ।